ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਕੁਲਵਿੰਦਰ ਸਿੰਘ ਤੇ ਪੰਜਾਬ ਬੋਲਦਾ ਦੇ ਵਿੱਚ ਅੱਜ ਗੱਲ ਕਰਾਂਗੇ ਮਹਿੰਗਾਈ ਦੀ। ਦਰਅਸਲ ਰਿਪੋਰਟਾਂ ਇਹ ਨੇ ਕਿ 2020 ਦੇ ਵਿੱਚ ਮਹਿੰਗਾਈ ਤੇ ਬੇਰੋਜ਼ਗਾਰੀ ਜਿਹੜੀ ਹੈ ਉਹ ਹੋਰ ਵੱਧ ਸਕਦੀ ਹੈ। ਮਹਿੰਗਾਈ ਦੀ ਜੇਕਰ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਪਿਆਜ਼ਾਂ ਨੇ ਲੋਕਾਂ ਦੇ ਹੰਝੂ ਕਢਾਏ, ਲੋਕਾਂ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਹਿੱਲ ਗਿਆ ਸੀ ਤੇ ਇਸ ਤੋਂ ਬਾਅਦ ਹੁਣ ਅੱਗੇ ਵੀ ਇਸ ਸਾਲ ਦੇ ਵਿੱਚ ਵੀ ਮੰਨਿਆ ਜਾ ਰਿਹਾ ਕਿ ਸਬਜ਼ੀਆਂ ਦੇ ਰੇਟ ਜਿਹੜੇ ਨੇ ਉਹ ਵੱਧ ਸਕਦੇ ਨੇ, ਜਿਸ ਤੋਂ ਬਾਅਦ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈ ਸਕਦਾ ਹੈ। ਇਸੇ ਵਿਚਾਲੇ ਸਟੇਟ ਬੈਂਕ ਆਫ ਇੰਡੀਆ ਦੀ ਇੱਕ ਰਿਸਰਚ ਰਿਪੋਰਟ ਜਿਹੜੀ ਹੈ ਈਕੋ ਰੈਪ ਉਹ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਸਬਜ਼ੀਆਂ ਦੀ ਕੀਮਤ ਜਿਹੜੀ ਹੈ ਉਹ ਲਗਾਤਾਰ ਵੱਧ ਰਹੀ ਹੈ ਅਤੇ ਜੋ ਉਪਭੋਗਤਾ ਮੁੱਲ ਸੂਚਕ ਅੰਕ ਹੈ ਜਿਸ ਨੂੰ CPI ਵੀ ਕਹਿੰਦੇ ਨੇ, ਕੰਜ਼ਿਊਮਰ ਪ੍ਰਾਈਸ ਇੰਡੈਕਸ, ਉਸ ਦੇ ਮੁਤਾਬਕ ਮਹਿੰਗਾਈ ਜਿਹੜੀ ਹੈ ਉਹ 8% ਦੇ ਪਾਰ ਪਹੁੰਚ ਸਕਦੀ ਹੈ। ਦਸੰਬਰ 2019 ਦੀ ਜੇਕਰ ਗੱਲ ਕਰੀਏ ਤਾਂ ਜਿਹੜੀ ਮਹਿੰਗਾਈ ਦਰ ਸੀ ਉਹ 7.35% ਤੱਕ ਪਹੁੰਚ ਗਈ ਸੀ ਅਤੇ ਪਿਛਲੇ 5 ਸਾਲਾਂ ਦੇ ਵਿੱਚ ਖੁਦਰਾ ਮਹਿੰਗਾਈ ਦਾ ਇਹ ਸਭ ਤੋਂ ਉੱਪਰਲਾ ਪੱਧਰ ਲਈ ਅਤੇ ਇਸੇ ਵਿਚਾਲੇ ਅਸੀਂ ਮੰਡੀ ਦੇ ਵਿੱਚ ਪਹੁੰਚੇ ਹੋਏ ਹਾਂ। ਗੱਲ ਕਰਾਂਗੇ ਲੋਕਾਂ ਦੇ ਨਾਲ, ਲੋਕਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀ ਕੁ ਮਹਿੰਗਾਈ ਵੱਧ ਗਈ ਹੈ ਅਤੇ ਅੱਗੇ ਉਹ ਕੀ ਸੋਚਦੇ ਨੇ, ਅੱਗੇ ਕੀ ਇਸ ਦੀ ਮਾਰ ਹੋਰ ਉਹਨਾਂ ਦੇ ਉੱਤੇ ਪੈਣ ਵਾਲੀ ਹੈ। ਤੇ ਆਓ ਲੋਕਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਇੱਥੇ ਇੱਕ ਭਾਜੀ ਖਰੀਦਦਾਰੀ ਕਰਨ ਲਈ ਆਏ ਹੋਣੇ ਮੰਡੀ ਦੇ ਵਿੱਚ, ਭਾਜੀ ਕੀ ਨਾਂ ਤੁਹਾਡਾ? ਮੈਂ ਜੀ ਦਲਜੀਤ ਸਿੰਘ ਜੀ। ਦਲਜੀਤ ਭਾਈ, ਇਹ ਦੱਸੋ ਕਿ ਮਹਿੰਗਾਈ ਦਾ ਕੀ ਹਾਲ ਹੈ, ਕਿੰਨੀ ਕੁ ਮਹਿੰਗਾਈ ਵਧੀ ਹੈ ਜਾਂ ਤੁਹਾਨੂੰ ਲੱਗਦਾ ਕਿ ਜਿਵੇਂ ਸਰਕਾਰਾਂ ਦਾਅਵਾ ਕਰਦੀਆਂ ਨੇ ਕਿ ਅਸੀਂ ਮਹਿੰਗਾਈ ਘੱਟ ਕੀਤੀ ਹੋਈ? ਮਹਿੰਗਾਈ ਤਾਂ ਬਹੁਤ ਜ਼ਿਆਦਾ ਦਿਨ ਪਰ ਦਿਨ ਵਧੀ ਜਾਂਦੀ ਜੀ। ਹੁਣ ਮੈਂ ਲੈਣ ਆਇਆ ਚੀਨੀ ਦਾ ਭਾਅ ਜੀ ਬਹੁਤ ਜ਼ਿਆਦਾ ਸੀ, ਜਿਹੜਾ ਗੁੜ ਹੈ ਜੋ ਕਿ ਦੇਸੀ ਉਹ ਵੀ ਬਹੁਤ ਮਹਿੰਗਾ ਸੀ, ਇਹਦੀ ਵਿਚਾਰੇ ਦੀ ਬਹੁਤ ਮਹਿੰਗਾਈ ਹੋ ਰਹੀ ਅੱਜ ਕੱਲ੍ਹ। ਜੋ ਉਹਦੀ ਵੀ ਸਬਜ਼ੀਆਂ ਦਾ ਕੀ ਹਾਲ ਹੈ? ਸਬਜ਼ੀਆਂ ਦਾ ਵੀ ਬਹੁਤ ਬੜਾ ਜੀ ਜ਼ਿਆਦਾ ਹੈ ਜੀ, ਜੋ ਕਿ ਪਿਆਜ਼ ਦਾ ਰੇਟ ਹੀ ਬਹੁਤ ਤੁਹਾਨੂੰ ਪਤਾ ਅੱਜ ਤੱਕ ਅਸਮਾਨ ਨੂੰ ਛੂਹਣ ਫਿਰਦਾ ਜੀ। ਦਿਨ ਪਰ ਦਿਨ ਬਹੁਤ ਜ਼ਿਆਦਾ ਜੀ ਮਹਿੰਗਾਈ ਵੱਧ ਰਹੀ ਹੈ ਜੀ, ਬਹੁਤ ਹੀ ਜ਼ਿਆਦਾ। ਗਰੀਬ ਕਿਆ ਕਰੂੰਗਾ ਵਿਚਾਰਾ, 250 ਰੁਪਏ ਦਿਹਾੜੀ ਲੈਂਦਾ ਜਿਹੜਾ, ਕਿ ਉਹ ਕੀ ਕਹੂੰਗਾ ਕੀ ਕਰੂੰਗਾ, ਅਤੇ ਉਹ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ। ਸਬਜ਼ੀਆਂ ਲੋਕਾਂ ਦੀ ਥਾਲੀ 'ਚੋਂ ਗਾਇਬ ਹੋ ਰਹੀਆਂ ਨੇ, ਸਬਜ਼ੀਆਂ ਨਹੀਂ? ਸਬਜ਼ੀਆਂ ਤਾਂ ਗਾਇਬ ਹੀ ਹੋ ਰਹੀਆਂ ਜੀ, ਜਿਸ ਹਿਸਾਬ ਨਾਲ ਰੇਟ ਵੀ ਦੇਖ ਲਓ ਜੀ, ਕਿੰਨੇ ਅਸਮਾਨ ਨੂੰ ਛੂਹ ਰਹੇ ਆ ਜੀ। ਪਿਆਜ਼ ਦਾ ਰੇਟ, ਟਮਾਟਰ ਦਾ, ਕੁਛ ਵੀ ਰੇਟ ਹੈ ਜੀ, ਸਬਜ਼ੀਆਂ ਦਾ, ਫਲ ਫਰੂਟ ਦਾ ਜੀ ਬਹੁਤ ਹੀ ਜ਼ਿਆਦਾ ਹੋ ਰਿਹਾ ਜੀ। ਲੱਗਦਾ ਕੋਈ ਫਾਇਦਾ ਹੋਊਗਾ ਸਰਕਾਰ ਕੁਛ ਕਰਨ ਵਾਲੀ ਹੈ? ਸਰਕਾਰ ਦੇਖੋ ਜੀ ਹੁਣ ਕਿਆ ਕਰਦੀ ਜੀ, ਇਹ ਤਾਂ ਨਹੀਂ ਜਾਣਦੇ ਜੀ ਹੁਣ। ਬਈ ਕਿੱਦਾਂ ਮਹਿੰਗਾਈ ਮੰਗੂਈ ਦਾ ਕੀ ਹਾਲ ਹੈ, ਕਿੰਨੀ ਸਬਜ਼ੀ ਸੁਬਜ਼ੀ ਹੈ, ਠੀਕ ਠਾਕ ਮਿਲ ਰਹੀ? ਬਸ ਠੀਕ ਹੈ ਜੀ, ਹੁਣ ਤਾਂ ਡਾਊਨ ਪਿੱਛੇ ਵੱਧ ਗਏ ਸੀ, ਪਿਆਜ਼ ਵੱਧ ਗਏ ਤੇ ਹੁਣ ਡਾਊਨ ਆ ਗਿਆ ਜੀ। ਹੁਣ ਪੰਜਾਬ ਮਹਿੰਗਾਈ ਦਾ ਦੱਸੋ ਤੁਸੀਂ ਕੀ ਹਾਲ ਹੈ? ਮਹਿੰਗਾਈ ਤਾਂ ਵੱਧ ਰਹੀ ਹੈ ਜੀ, ਵਧੀ ਹੋਈ ਜੀ, ਗਰੀਬ ਆਦਮੀ ਵਾਸਤੇ ਤਾਂ ਬਹੁਤ ਔਖਾ ਜੀ। ਹਾਂਜੀ, ਤੇ ਹੁਣ ਅੱਗੇ ਤੁਹਾਨੂੰ ਕੀ ਲੱਗਦਾ ਵੀ ਹੋਰ ਅੱਗੇ ਇਸੇ ਤਰੀਕੇ ਵਧਣਗੇ ਰੇਟ ਕਿਹਾ ਹੋਣਾ? ਨਹੀਂ, ਹੁਣ ਤਾਂ ਸ਼ਾਇਦ ਡਾਊਨ ਹੀ ਹੋ ਜਾਣ ਥੋੜ੍ਹੇ ਥੋੜ੍ਹੇ ਹੁਣ ਆਉਣੇ ਵਾਲੇ ਟਾਈਮ ਆ ਜੀ। ਹੁਣ ਤੇ ਹੁਣ ਸਬਜ਼ੀਆਂ ਕਿਵੇਂ, ਠੀਕ ਰੇਟ? ਠੀਕ ਹੈ ਜੀ, ਮੰਗਿਆਈ ਵਧੀ ਆ, ਸਭ ਘੱਟ ਘੱਟ ਤਾਂ ਨਹੀਂ ਰਹੀ, ਵਧੀ ਰਹੀ। ਕੋਈ ਕੰਟਰੋਲ ਨਹੀਂ ਕਰ ਰਹੇ, ਕੋਈ ਕੰਟਰੋਲ ਨਹੀਂ ਕਰ ਰਹੇ, ਮੰਡੀ ਦਾ ਕੋਈ ਸੁਧਾਰ ਨਹੀਂ ਹੈਗਾ। ਇੱਥੇ ਗਾਰਾ ਦੇਖੋ ਕਿੰਨਾ ਕਿੰਨਾ ਚੜਿਆ ਪਿਆ, ਆਮ ਆਦਮੀ ਤਾਂ ਫਿਰ ਨਹੀਂ ਸਕਦਾ, ਇੱਥੇ ਘੁੰਮ ਨਹੀਂ ਸਕਦਾ, ਪੈਰਾਂ ਦਾ ਦੇਖੋ ਕੀ ਹਾਲ ਹੋ ਚੁੱਕਿਆ। ਥੋੜ੍ਹਾ ਤਾਂ ਹੈਗਾ, ਥੋੜ੍ਹਾ ਜਿਹਾ ਸਿਸਟਮ ਤਾਂ ਠੀਕ ਹੋਇਆ, ਹੁਣ ਬਾਕੀ ਦਾ ਤਾਂ ਪਤਾ ਨਹੀਂ ਹੈ, ਹੁਣ ਤਾਂ ਠੀਕ ਆ, ਉਹ ਨਾ ਹਿੱਲਿਆ ਪਿਆ ਪੂਰਾ ਬਜਟ, ਤਾਂ ਗਰੀਬ ਆਦਮੀ ਦਾ ਚਟਣੀ ਨਹੀਂ ਖਾ ਸਕਦਾ, ਹੁਣ ਕਿੱਥੋਂ ਖਾ ਲੂਗਾ ਰੋਟੀ ਉਹ ਵਿਚਾਰਾ। ਮੋਦੀ ਕਹਿ ਰਿਹਾ ਮੈਂ ਸੁਧਾਰ ਬੜਾ ਕੀਤਾ, ਕੀ ਸੁਧਾਰ ਕੀਤਾ, ਕੁਛ ਨਹੀਂ ਕੀਤਾ ਇਹਨਾਂ ਨੇ, ਬੁਰਾ ਹਾਲ ਆ ਦੁਨੀਆ ਦਾ। ਲਈ ਮਹਿੰਗਾਈ ਬਾਰੇ ਦੱਸੋ ਕੁਛ, ਕੀ ਚੱਲ ਰਿਹਾ? ਅਰੇ ਬੁਰਾ ਹਾਲ ਹੈ ਮਹਿੰਗਾਈ ਬਾਰੇ, ਸਬਜ਼ੀ ਮੰਡੀ ਦਾ ਹਾਲ ਦੇਖ ਲਓ। ਹਾਂਜੀ, 20 ਸਾਲ ਮੈਨੂੰ ਇੱਥੇ ਰਹਿੰਦੇ ਉਹਨੂੰ ਹੋ ਗਏ ਉਹੀ ਹਾਲ, ਬਿਲਕੁਲ ਨਾ ਕੋਈ ਡਿਸਿਪਲਿਨ, ਨਾ ਕੋਈ ਬੇੜੀਆਂ ਪੀ ਰਹੇ, ਚਾਰੇ ਪਾਸੇ ਰਸਤੇ ਕੋਈ ਜਾਣ ਨੂੰ ਰਸਤਾ ਨਹੀਂ ਹੈਗਾ। ਆਈ ਐਮ ਵੈਰੀ ਵੈਰੀ ਸੈਡ, ਮੈਂ ਤੁਹਾਨੂੰ ਕਿਆ ਦੱਸਾਂ। ਸਰ ਇਹ ਦੱਸੋ ਕਿ ਮਹਿੰਗਾਈ ਦਾ ਕੀ ਹਾਲ ਹੈ? ਸਰਕਾਰ ਬਹੁਤ ਬੁਰੀ ਹੈ ਇਸ ਵਕਤ, ਇਤਨੀ ਮਹਿੰਗਾਈ ਮੈਂ ਅੱਜ ਤੱਕ ਮੈਂ ਨਹੀਂ ਦੇਖੀ ਵੀ 25 ਸਾਲਾਂ 'ਚ, ਜਿਹੜਾ ਪਿਆਜ਼ ਇਤਨਾ ਮਹਿੰਗਾ ਵਿਕ ਰਿਹਾ, ਹਰ ਚੀਜ਼ ਲਸਣ ਇਤਨਾ ਮਹਿੰਗਾ ਵਿਕ ਰਿਹਾ, ਇਟ ਇਜ਼ ਟੂ ਮੱਚ। ਕੁਛ ਨਹੀਂ, ਨਥਿੰਗ, ਕੋਈ ਕੰਟਰੋਲ ਨਹੀਂ, ਕਿਸੇ ਵੀ ਚੀਜ਼ 'ਤੇ ਕੰਟਰੋਲ ਨਹੀਂ ਹੈ, ਹਰ ਚੀਜ਼ 'ਤੇ ਕੋਈ ਕਿਸੇ ਚੀਜ਼ ਦਾ ਕੰਟਰੋਲ ਨਹੀਂ। ਇਹ ਸਰਕਾਰ ਮੇਰਾ ਖਿਆਲ ਕਿ ਵੀ 70 ਸਾਲਾਂ 'ਚੋਂ ਮੈਨੂੰ ਦੇਖਦਾ ਸਭ ਤੋਂ ਗਿਰੀ ਔਰ ਮਾੜੀ ਸਰਕਾਰ ਆਈ ਹੈ। ਆਮਦਨੀ ਕਿਹਾ, ਜਿਹੜਾ ਮੀਡੀਅਮ ਆਦਮੀ ਹੈ ਜੇ ਵਿਚਾਰੇ ਬੈਠੇ ਤਾਂ ਸਾਰੇ ਮਾਰੇ ਗਏ, ਸਭ ਦਾ ਬਿਜ਼ਨਸ ਬੰਦ ਹੋ ਗਿਆ। ਇਹ ਬੜੇ ਬੜੇ ਹੁਣ ਜਿਹੜੇ ਮੋਦੀ ਕਹਿੰਦਾ ਸੀ ਮੈਂ ਇਹ ਕਰੂੰਗਾ ਵੋ ਕਰੂੰਗਾ, ਕੁਛ ਨਹੀਂ ਹੈ। ਰਾਸ਼ਟਰ ਹਿੱਤ ਦੇ ਦੇਸ਼ ਵਾਸਤੇ ਤੁਸੀਂ ਕਰ ਰਹੇ ਹੋ, ਪਬਲਿਕ ਵਾਸਤੇ ਵੀ ਤਾਂ ਕੁਛ ਕਰੋ ਨਾ। ਆਹ ਜਿਹੜੀ ਪਬਲਿਕ ਵਿਚਾਰੀ ਬੈਠੀ ਹੈ, ਇਹਨਾਂ ਦਾ ਬਿਜ਼ਨਸ ਮਾਰਿਆ ਗਿਆ ਲੋਕਾਂ ਦਾ, ਬੁਰਾ ਹਾਲ ਹੋ ਗਿਆ। ਇਸ ਵੇਲੇ ਦੇਸ਼ ਦੀ ਹਾਲਤ ਬਹੁਤ ਖਰਾਬ ਹੈ। ਹਾਲ ਆਪਣੇ ਸਾਹਮਣੇ ਹੀ ਹੈ ਜੀ, ਦੱਸੋ ਕਿਵੇਂ ਮਿਲ ਰਹੀ ਹੈ ਸਬਜ਼ੀ? ਸੁਬਜ਼ੀ ਹੈ? ਹਾਂ, ਸਬਜ਼ੀ ਤਾਂ ਮਿਲ ਰਹੀ ਹੈ ਜੀ। ਨਹੀਂ, ਲੋਕਾਂ ਨੂੰ ਥਾਲੀ 'ਚ ਜਾ ਰਹੀ, ਕਹਿੰਦੇ ਪਿਆਜ਼ਾਂ ਨੇ ਲੋਕਾਂ ਦਾ ਬਜਟ ਹਲਾਤਾ ਜੀ। ਲੈ ਤਾਂ ਹੈ, ਲੇਕਿਨ ਕਿਆ ਕਰੇ, ਕੰਪਰੋਮਾਈਜ਼ ਕਰਦਾ ਹੀ ਪੜਦਾ। ਪਰ ਇੱਕ ਇਹ ਗੱਲ ਦੱਸੋ ਵੀ ਜਿਹੜਾ ਮਹਿੰਗਾਈ ਦੇਸ਼ ਵਿੱਚ, ਓਵਰਆਲ ਮਹਿੰਗਾਈ ਦੀ ਅਸੀਂ ਗੱਲ ਕਰਦੇ ਹਾਂ, ਤੁਹਾਨੂੰ ਲੱਗਦਾ ਕਿ ਮਹਿੰਗਾਈ ਘਟੀ ਹੈ ਜਾਂ ਵੱਧ ਰਹੀ ਹੈ? ਵੱਧ ਰਹੀ ਹੈ ਜੀ, ਮਹਿੰਗਾਈ ਤਾਂ ਬਹੁਤ ਵੱਧ ਰਹੀ ਹੈ। ਕੁਛ ਚੀਜ਼ਾਂ ਦੀ ਕਮੀ ਹੋਣ ਦੇ ਵਜ੍ਹਾ ਨਾਲ ਵੀ ਅਸੀਂ ਕੀ ਕਹੀਏ ਤੁਹਾਨੂੰ, ਵੀ ਕੁਛ ਸਰਕਾਰ ਨੂੰ ਵਿੱਚੋਂ ਦਲਾਲ ਜਿਹੜੇ ਕਹਿੰਦੇ ਨੇ, ਵਿੱਚੋਂ ਜਿਹੜੇ ਮਾਲ ਰੋਕਦੇ ਉਹਨਾਂ ਨੂੰ ਹਟਾਉਣਾ ਚਾਹੀਦਾ, ਉਹ ਹਟ ਕੇ ਮਹਿੰਗਾਈ ਆਪਣੇ
ਸਟਾਕ ਜਮ੍ਹਾਂ ਕਰ ਲਓ ਉਹਨਾਂ ਦਾ ਥੋੜ੍ਹਾ ਜਿਹਾ ਕਾਲੀ ਬਜ਼ਾਰੀ ਘੱਟ ਹੋ ਜਾਣੀ ਚਾਹੀਦੀ। ਬਾਜੀ ਮਹਿੰਗਾਈ ਨੇ ਤਾਂ ਹੱਦ ਕਰੀ ਪੜੀ ਆ ਸਰਦਾਰ ਜੀ, ਬਸ ਕਿਆ ਕਰਾਂ ਹੋਏ, ਹੋਰ ਖਾਣਾ ਤਾਂ ਹੈ ਹੀ ਆ। ਬਿਲਕੁਲ ਜੀ, ਬਾ ਪਿਆਜ਼ ਕਾ ਕਿਆ ਜੀ, ਉਹ ਜਿਹੜਾ ਅਫਗਾਨਿਸਤਾਨ ਕਾ ਪਿਆਜ਼ ਆ ਰਿਹਾ, ਕੋਈ ਪਿਆਜ਼ ਉਹ ਪਿਆਜ਼ ਆਏ ਉਹ ਇਹ ਪਿਆਜ਼ ਨਹੀਂ ਆ, ਜੋ ਆਪਣੇ ਹਿੰਦੁਸਤਾਨ ਕਾ ਪਿਆਜ਼ ਆ ਉਹ ਸਭ ਤੋਂ ਬੈਸਟ ਹੈ। ਹਾਂ, ਕੋਈ ਨਹੀਂ ਰੁਕੀ, ਕੋਈ ਨਹੀਂ ਰੁਕੀ ਹੈ ਮਹਿੰਗਾਈ, ਮਹਿੰਗਾਈ ਤਾਂ ਆਪ ਦੇਖ ਲੈ ਲੇਗਾ, ਉਹ ਨਹੀਂ ਹੈ ਕੋਈ ਕੰਟਰੋਲ ਨਹੀਂ ਹੈ ਹੁਣ ਤਾਂ ਜੀ, ਪਹਿਲਾਂ ਤਾਂ ਕੰਟਰੋਲ ਹੈ। ਸਰਕਾਰ ਕੀ ਕਿਆ ਗਲਤੀ ਹੈ ਜੀ, ਜਿਹੜੇ ਉਦਯੋਗਪਤੀ ਬੜੇ ਬੜੇ ਉਹ ਸਟ੍ਰੋਕ ਲਾ ਕੇ ਰੱਖਦੇ ਆ ਜੀ, ਸਰਕਾਰ ਇਹਦੇ ਵਿੱਚ ਸਰਕਾਰ ਦੀ ਕਿਆ ਗਲਤੀ ਹੈ? ਸਰਕਾਰ ਰੋਕ ਸਕਦੀ ਹੈ ਸਟੋਕ ਜਮ੍ਹਾਂ, ਰੋਕਦੀ ਹੈ ਜੀ, ਜਿੰਨਾ ਰੋਕਿਆ ਤਾਂ ਹੀ ਪਿਆਜ਼ 100 ਰੁਪਏ 120 ਤਾ, ਹੁਣ ਅੱਜ ਪਿਆਜ਼ ਮੰਡੀ ਦੇ ਵਿੱਚ 50-60 ਰੁਪਏ ਨੂੰ ਮਿਲ ਰਿਹਾ ਜੀ। ਜੇ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਇਹ ਤਾਂ ਹੀ ਰੇਟ ਕੰਟਰੋਲ ਹੋਇਆ, ਇਸੀ ਕਰਕੇ ਜੀ, ਹੋਰ ਕੁਛ ਨਹੀਂ ਹੈ। ਇਹ ਵਪਾਰੀ ਆਪਣਾ ਰੇਟ ਚੱਕਦੇ ਆ, ਇਮਾਨਦਾਰ ਬੰਦਾ ਬੈਠਿਆ ਜੀ ਉੱਪਰ, ਜੋ ਇਕੱਲਾ ਬੰਦਾ ਕਿਆ ਕਰੂੰਗਾ ਜੀ, ਟਾਈਮ ਤਾਂ ਲੱਗਦਾ ਹੀ ਹੈ ਜੀ। ਸਿਸਟਮ ਤਾਂ ਸਾਰਿਆਂ ਦੇ ਕੰਟਰੋਲ 'ਚ ਹੈ ਨਾ, ਕੰਟਰੋਲ ਤੋਂ ਟਾਲੀ ਪਾ, ਸਿਸਟਮ ਕੰਟਰੋਲ 'ਚ ਕਰ ਲਿਆ ਜੇ ਉਹਨਾਂ ਨੇ ਸਖਤਾਈ ਕੀਤੀ ਹੈ, ਤਾਂ ਹੀ ਅਜੇ ਮਹਿੰਗਾਈ 'ਚ ਡਾਊਨ ਹੈ। ਮਹਿੰਗਾਈ ਤਾਂ ਕਹਿੰਦੇ ਇਸ ਟਾਈਮ ਸਭ ਤੋਂ ਵੱਧ ਹੈ, ਪਿਛਲੇ ਪੰਜ ਸਾਲਾਂ ਦੀ ਸਭ ਤੋਂ ਉੱਪਰਲੇ ਲੈਵਲ 'ਤੇ ਪਹੁੰਚੀ ਹੋਈ। ਜੇ ਲੈਵਲ ਚੜ੍ਹੀ ਵਧੀ ਹੈ ਤਾਂ ਸਰਕਾਰ ਨੂੰ ਇਨਕਮ ਵੀ ਤਾਂ ਉਹਨੂੰ ਹੋਈ ਹੈ, ਜਿਹੜੀ ਤਨਖਾਹ 10 ਸਾਲ ਪਹਿਲਾਂ ਕਿਸੇ ਦੀ 1000 ਰੁਪਏ ਦੀ, ਉਹਦੀ 5000 ਰੁਪਏ ਹੋ ਗਈ, ਉਹ ਵੀ ਲੋਕ ਆਪਣੀ ਇਨਕਮ ਵੀ ਦੇਖੋ। ਲੋਕਾਂ ਦੀ ਆਮਦਨ ਵਧੀਆ, ਤੁਸੀਂ ਦੱਸੋ ਲੋਕਾਂ ਦੀ ਆਮਦਨ ਵਧੀਆ ਹੈ? ਵਧੀਆ, ਇਹ ਤਾਂ ਕੋਈ ਵੱਡੀ ਬਾਤ ਨਹੀਂ ਹੈ, ਹੋਰ ਇਨਕਮ ਵੀ, ਪਬਲਿਕ ਨੂੰ ਆਪਣੀ ਇਨਕਮ ਵੀ ਦੇਖਣੀ ਚਾਹੀਦੀ, ਸਰਕਾਰ 'ਤੇ ਦੋਸ਼ ਨਾ ਲਾਓ। ਆਪਾਂ 5 ਸਾਲ ਪਹਿਲਾਂ ਮੰਨ ਲਿਆ ਕੋਈ 400 ਰੁਪਏ ਦਿਹਾੜੀ ਸੀ, ਉਹ ਅੱਜ 600 ਰੁਪਏ ਦਿਹਾੜੀ ਲੈ ਰਿਹਾ ਹੈ, ਸਰਕਾਰ ਨੂੰ ਵੀ ਇਕੱਲੇ ਦੋਸ਼ ਨਾ ਦਿਓ ਨਾ, ਸਰਕਾਰ ਦਾ ਸਾਥ ਦੇ, ਕੁਛ ਗੱਲਾਂ ਦੇਸ਼ ਹਿੱਤ 'ਚ ਹੁੰਦੀਆਂ ਜੀ, ਜਿਹੜੀਆਂ ਸਹਿਣੀਆਂ ਪੈਂਦੀਆਂ ਜੀ, ਦੇਸ਼ ਨੂੰ ਵੀ ਉਹ ਨਾ ਕਰੋ ਇਕੱਲਾ ਨਾ ਜੀ, ਕੁਝ ਬਾਤਾਂ ਅਜਿਹੀਆਂ ਹੁੰਦੀਆਂ ਜਿਹੜੀਆਂ ਸਹਿਣੀਆਂ ਪੈਂਦੀਆਂ, ਤਾਂ ਹੀ ਦੇਸ਼ ਤਰੱਕੀ ਕਰੂੰਗਾ। ਜੇ ਆਪਾਂ ਆਪਣੇ ਦੇਖੇ ਜਾਊਂਗੇ 2 ਰੁਪਏ ਘੱਟ ਵੱਧ ਇਕੱਲਾ ਦੇ, ਉਹਦੇ ਵਿੱਚ ਸਰਕਾਰ ਕਿਆ ਕਰੂੰਗੀ? ਸਰਕਾਰ ਦਾ ਅੱਜ 120 ਰੁਪਏ ਕਿਲੋ ਹੋ ਗਿਆ, ਉਹ ਤਰੱਕੀ ਸੀ? ਉਹ ਨਹੀਂ ਨਹੀਂ ਤਰੱਕੀ ਨਹੀਂ, ਉਹ ਗਲਤੀ ਸੀ ਉਦਯੋਗਪਤੀਆਂ ਦੀ, ਜਿਹਨੇ ਸਟਰੋਂਗ ਲਾਇਆ ਸੀ ਉਹਨਾਂ ਦੀ, ਸਰਕਾਰ ਨੇ ਸਖਤੀ ਕਰੀ ਹੈ ਜੀ, ਅੱਜ ਪਿਆਜ਼ 60 ਰੁਪਏ ਹੈ। ਬਹੁਤ ਬੁਰਾ ਹਾਲ ਹੈ ਜੀ, ਗਾਜਰ ਇਸ ਰੇਟ 'ਚ 40 ਰੁਪਏ ਮਿਲ ਰਹੀ ਹੈ ਅੱਜ ਦੇ, ਹੈ ਨਾ, ਮਹਿੰਗੀ ਹੈ ਸਬਜ਼ੀ, ਮਤਲਬ ਇਸ ਸੀਜ਼ਨ ਹੁੰਦਾ ਤਾਂ ਸਾਨੂੰ ਲੱਗਦਾ ਕਿ ਸਸਤੀ ਮਿਲੇਗੀ, ਬਟ ਕੀ ਕਰੀਏ, ਹੁਣ ਖਾਣਾ ਤਾਂ ਖਾਣਾ ਹੀ ਹੈ ਨਾ। ਜਿਵੇਂ ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਚੀਜ਼ਾਂ ਨੂੰ ਸਟੇਬਲ ਕੀਤਾ ਹੈ, ਮਤਲਬ ਅਸੀਂ ਮਹਿੰਗਾਈ 'ਤੇ ਰੋਕ ਲਾਈ ਹੈ, ਉਹ ਕਿੱਥੋਂ ਤੱਕ ਸਹੀ ਲੱਗਦਾ? ਦੇਖੋ ਸਟੇਬਲ ਤਾਂ ਕੁਛ ਵੀ ਨਹੀਂ ਹੋਇਆ, ਅੱਗੇ ਜਦੋਂ ਅਸੀਂ ਛੋਟੇ ਸੀਗੇ ਨਾ, ਮੈਨੂੰ ਯਾਦ ਹੈ ਰਾਸ਼ਨ ਦਾ ਰੇਟ, ਦਾਲਾਂ ਦਾ ਰੇਟ ਸਾਨੂੰ ਪਤਾ ਹੁੰਦਾ ਸੀ ਹਰ ਵਾਰੀ ਕੀ ਹੈ, ਹੁਣ ਜਾਈਦਾ ਤਾਂ ਹਰ ਵਾਰੀ ਨਹੀਂ ਪਤਾ। ਸਰਕਾਰ ਜੇ ਦੋਸ਼ੀ ਹੈ ਨਾ, ਵਿੱਚ ਕੰਜ਼ਿਊਮਰ ਵੀ ਦੋਸ਼, ਕਿਉਂਕਿ ਉਹਨਾਂ ਦੀ ਸਪਲਾਈ, ਹੁਣ ਦੇਖੋ ਪਿਆਜ਼ ਹੈ, ਕਿੰਨਾ ਪਿਆਜ਼ ਹੈ, ਸਾਰਾ ਰੋਕਿਆ ਹੋਇਆ, ਦੱਬਿਆ ਹੋਇਆ, ਉਹਨਾਂ ਦੀ ਸਰਕਾਰ ਕਿਹਦੇ ਘਰ ਜਾ ਕੇ ਲੱਭ ਲਏਗੀ? ਮਤਲਬ ਸਰਕਾਰ ਦੇ ਨਾਲ ਅਸੀਂ ਵੀ ਉੱਡੇ ਦੋਸ਼ੀ ਹਰ ਚੀਜ਼ 'ਚ, ਕਿਉਂਕਿ ਅਸੀਂ ਨਾਲ ਕੋਪਰੇਟ ਹੀ ਨਹੀਂ ਕਰਦੇ ਕਿਸੇ ਚੀਜ਼ ਨਾਲ, ਮੇਰੀ ਇਹ ਸੋਚ ਹੈ, ਮੈਨੂੰ ਐ, ਮੈਂ ਪੱਕਾ ਨਹੀਂ। ਲੱਗਦਾ ਨਹੀਂ ਕਿ ਗਵਰਨਮੈਂਟ ਨੂੰ ਇੱਕ ਸਿਸਟਮ ਬਣਾਉਣਾ ਚਾਹੀਦਾ ਕਿ ਜਿਹੜਾ ਜਿਹੜਾ ਫਾਰਮਰ ਹੈ ਉਹ ਸਿੱਧਾ ਮੰਡੀ 'ਚ ਲਿਆਵੇ, ਜਿਹੜੇ ਵਿੱਚ ਵਾਲੇ ਵਿਚੋਲੀਆ ਗਵਰਨਮੈਂਟ ਖਤਮ, ਮੰਡੀਆਂ ਲੱਗਦੀਆਂ ਉਹ ਸਿੱਧਾ ਫਾਰਮਰ ਨਹੀਂ ਲਿਆ ਰਿਹਾ, ਰੇਟ ਤਾਂ ਉਹ ਵੀ ਉਹੀ ਦਿੰਦੇ, ਉਹ ਕਿਹੜੇ ਸਸਤੇ ਦਿੰਦੇ, ਸੇਮ ਰੇਟ ਹੈ, ਤੁਸੀਂ ਜਾਓ ਆਪਣੀ ਮੰਡੀ 'ਚ, ਸੇਮ ਰੇਟ ਹੈ। ਮਤਲਬ ਹਰ ਜਗ੍ਹਾ ਅਸੀਂ, ਮੈਂ ਨਹੀਂ ਕਹਿੰਦੀ ਕਿ ਸਰਕਾਰ ਬਹੁਤ ਅੱਛਾ ਕਰ ਰਹੀ ਹੈ, ਸਰਕਾਰ ਜੇ ਗਲਤ ਕਰ ਰਹੀ ਹੈ ਤਾਂ ਇਹ ਸਬਜ਼ੀਆਂ ਵਾਲੇ ਵੀ, ਕਿਸਾਨ ਵੀ, ਸਭ ਇੱਕੋ ਜਿਹੇ ਲੱਗਦੇ ਆ। ਮਹਿੰਗਾਈ ਬਹੁਤ ਤੇਜ਼ ਹੈ ਯਾਰ, ਅਜੇ ਡਾਊਨ ਨਹੀਂ ਹੈ ਹਜੇ, ਅਜੇ ਬਹੁਤ ਤੇਜ਼ ਹੀ ਹੈ ਹਰ ਚੀਜ਼, ਪਿਆਜ਼ ਸਸਤੇ ਹੋ ਗਏ, ਹੋਰ ਚੀਜ਼ਾਂ ਤਾਂ ਮਹਿੰਗੀਆਂ ਭਾਅ ਜੀ। ਹਾਂ, ਗੋਭੀ 30 ਰੁਪਏ 25 ਰੁਪਏ, ਇਹ ਗੋਭੀ ਪੱਤਾ 30 ਰੁਪਏ, ਲਸਣ 160 ਰੁਪਏ ਕਿਲੋ, ਤੇਜ਼ੀ ਅਜੇ ਤਾਂ। ਆਮ ਸਬਜ਼ੀਆਂ ਮਹਿੰਗੀਆਂ, ਬਾਕੀ ਜਿਹੜੀ ਘਰੇਲੂ ਉਹ ਵੀ ਬਹੁਤ ਮਹਿੰਗੀ, ਕੋਈ ਕੰਟਰੋਲ ਨਹੀਂ ਹੈ, ਕਹਿਣ ਦੀਆਂ ਗੱਲਾਂ ਨੇ, ਜੋ ਮਰਜ਼ੀ ਕਹੀ ਜੋ। ਹਾਂਜੀ, ਹਾਲ ਤਾਂ ਮਾੜਾ ਹੀ ਹੈ ਭਾਅ ਜੀ, ਰੁਜ਼ਗਾਰ ਹੈ ਨਹੀਂ ਅਤੇ ਖਾਣ ਪੀਣ ਵਾਸਤੇ ਵੀ ਔਖਾ ਹੀ ਹੋ ਰਿਹਾ ਹੈਗਾ, ਬੇਰੁਜ਼ਗਾਰੀ ਜ਼ਿਆਦਾ ਵੱਧ, ਅਤੇ ਬਾਕੀ ਮਹਿੰਗਾਈ ਤਾਂ ਹੈ, ਇਹ ਜਿਹੜੀ ਸਮਾਨ ਛੋਰੀ ਹੈ ਤੁਹਾਨੂੰ ਪਤਾ ਹੀ ਹੈ ਸਭ ਨੂੰ। ਹਾਂ ਹਾਂ, ਉਹ ਤਾਂ ਹੈ ਜੀ, ਹਾਂਜੀ ਹਾਂਜੀ, ਉਹ ਤਾਂ ਹੈ, ਪਹਿਲਾਂ ਅਸੀਂ ਮਤਲਬ ਕੰਮ ਕੀਤਾ ਜੀ ਆਪਣਾ ਘਰ, ਅਤੇ 60-70 ਹਜ਼ਾਰ 'ਚ ਅਸੀਂ ਟੈਂਪੂ ਲੈ ਜਾਂਦੇ ਜੀ 10 ਕੁਇੰਟਲ ਦਾ, ਅਤੇ ਹੁਣ 1.5 ਲੱਖ 'ਚ ਗੱਡੀ ਭਰ ਜਾਂਦੀ ਹੈ ਛੋਟੀ ਗੱਡੀ, ਇੰਨਾ ਫਰਕ ਪੈ ਗਿਆ ਮਹਿੰਗਾਈ ਦਾ ਜੀ। ਪਰ ਖੁਸ਼ ਹੈ ਨਹੀਂ ਕਿ ਕਿਸੇ ਪਾਸੇ ਮਾਰ ਨਹੀਂ ਪੈ ਰਹੀ ਐਤਕੀ। ਨਹੀਂ, ਪਿੱਛੇ ਜਿਹੜਾ ਪਿਆਜ਼ਾਂ ਦਾ ਬੜਾ ਰੌਲਾ ਪਿਆ, ਪਿਆਜ਼ਾਂ ਦਾ, ਤੁਹਾਨੂੰ ਕੀ ਲੱਗਦਾ ਜ਼ਿਮੀਂਦਾਰ ਨੂੰ ਕੀ ਲੱਗਦਾ ਵੀ ਪਿਆਜ਼ ਜ਼ਿਮੀਂਦਾਰ? ਨਹੀਂ, ਜ਼ਿਮੀਂਦਾਰ ਕੋਲ ਤਾਂ ਹੈ ਹੀ ਨਹੀਂ ਸੀ ਉਸ ਟਾਈਮ ਪਿਆਜ਼, ਸਾਡੇ ਕੋਲ ਇਲਾਕੇ 'ਚ ਤਾਂ ਇੱਧਰ ਹੈ ਹੀ ਨਹੀਂ ਸੀ, ਬਾਹਰੋਂ ਪਿਆਜ਼ ਆ ਰਹੇ ਸੀ, ਸਾਨੂੰ ਖੁਦ ਲੈਣਾ ਪਿਆ, ਉਹ ਮਹਿੰਗਾ ਹੀ ਲਿਆ ਅਸੀਂ। ਹਾਂਜੀ, ਅਤੇ ਪੰਜਾਬ 'ਚ ਤੁਹਾਨੂੰ ਲੱਗ ਰਿਹਾ ਵੀ ਘੱਟ ਰਿਹਾ ਪੰਜਾਬ ਪਿਆਜ਼ ਦੀ ਖੇਤੀ ਘੱਟੀ ਹੈ ਪਹਿਲਾਂ ਦੇ ਮੁਕਾਬਲੇ? ਨਹੀਂ, ਖੇਤੀ ਤਾਂ ਪਤਾ ਕਿਆ ਜੀ, ਟਾਈਮ ਦੇ ਮੁਤਾਬਕ ਹੈ, ਹੁਣ ਲੱਗਿਆ ਪਿਆ ਸਾਡੇ, ਹੁਣ ਅੱਗੇ ਆ ਕੇ ਡਾਊਨ ਆ ਜਾਏਗਾ।
ਸਾਡਾ ਪਿਆਜ਼ ਜਦ ਤੱਕ ਹੋਣਾ ਉਹੀ ਆ ਜਾਣਾ ਥੱਲੇ ਆ ਜਾਣਾ ਜਦ ਤੱਕ। ਸਾਡੇ ਬਾਈ ਗੋਭੀ ਹੈ, ਮੂਲੀ ਹੈ, ਅੱਛਾ ਗਾਜਰ ਵਗੈਰਾ, ਪਾਲਕ, ਮੇਥੀ, ਧਨੀਆ। ਨਹੀਂ ਐਤਕੀ ਤਾਂ ਠੀਕ ਵਿਕਿਆ ਜੀ, ਐਤਕੀ ਹਾਂਜੀ ਐਤਕੀ ਰੇਟ ਠੀਕ ਰਿਹਾ, ਜ਼ਿਮੀਦਾਰ ਇਹਨੂੰ ਐਤਕੀ ਮਾਰ ਨਹੀਂ ਪਈ, ਵਧੀਆ ਰਿਹਾ ਐਤਕੀ। ਹਾਂਜੀ ਟਾਈਮ 'ਤੇ ਖਰੀਦਦਾਰੀ ਹੋ ਗਈ ਹੈ? ਹਾਂਜੀ 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 ਸਾਰਾ। ਦੇਖੋ ਜੀ ਮੇਰੇ ਹਿਸਾਬ ਨਾਲ ਠੀਕ ਬੋਝ ਤਾਂ ਹੈਗਾ ਹੀ ਆ, ਥੋੜ੍ਹਾ ਬਹੁਤ ਮਹਿੰਗਾਈ ਹੋਣ ਕਾਰਨ ਹੁਣ ਥੋੜ੍ਹਾ ਬੈਲੈਂਸ ਹੋਇਆ ਥੱਲੇ, ਚੀਜ਼ ਆਇਆ ਬਟ ਠੀਕ ਅਪ ਐਂਡ ਡਾਊਨ ਆ ਮਾਰਕੀਟ 'ਤੇ ਚੱਲਦਾ ਰਹਿੰਦਾ। ਮਹਿੰਗਾਈ ਤਾਂ ਹੈਗੀ ਆ, ਮਹਿੰਗਾਈ ਤਾਂ ਹੈਗੀ ਆ। ਦੇਖੋ ਦੇਖੋ ਉਹ ਤਾਂ ਕੋਈ ਥੋੜ੍ਹੀ ਫੇਜ਼ ਦੀ ਗੱਲ ਹੈਗੀ, ਬਾਕੀ ਹੁਣ ਠੀਕ ਹੋ ਗਿਆ, ਸੋ ਅਪ ਡਾਊਨ ਹੁੰਦਾ ਰਹਿੰਦਾ ਬਟ ਮੋਰ ਹਿਸਾਬ ਨਾਲ ਤਾਂ ਕਾਫੀ ਕੰਟਰੋਲ ਹੈਗਾ, ਥੋੜ੍ਹਾ ਹੋਰ ਕਰਨ ਦੀ ਲੋੜ ਹੈਗੀ ਹਲੇ, ਸੋ ਉਹ ਵੀ ਕਰ ਲੈਣ ਫਿਰ ਬਾਕੀ ਸਮਝ ਜਾਊਗਾ ਸਾਰਾ। ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਪੰਜਾਬ ਬੋਲਦਾ ਦੇ ਵਿੱਚ ਗੱਲ ਅਸੀਂ ਕਰ ਰਹੇ ਹਾਂ ਮਹਿੰਗਾਈ ਨੂੰ ਲੈ ਕੇ, ਲੋਕਾਂ ਦੇ ਨਾਲ ਚਰਚਾ ਕਰ ਰਹੇ ਹਾਂ ਅਤੇ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਹਿੰਗਾਈ ਦੇ ਬਾਰੇ ਉਹ ਕੀ ਸੋਚਦੇ ਨੇ। ਮਿਲੀ ਜੁਲੀ ਪ੍ਰਤੀਕਿਰਿਆ ਜਿਹੜੀ ਲੋਕਾਂ ਦੀ ਸਾਹਮਣੇ ਆ ਰਹੀ, ਕਿਉਂਕਿ ਇਸ ਤੋਂ ਪਹਿਲਾਂ ਬੀਤੇ ਦਿਨੀ ਪਿਆਜ਼ ਕਾਫੀ ਮਹਿੰਗਾ ਹੋ ਗਿਆ ਸੀ, ਪਰ ਫਿਲਹਾਲ ਪਿਆਜ਼ ਦਾ ਰੇਟ ਕੰਟਰੋਲ ਦੇ ਵਿੱਚ ਹੈ, ਪਰ ਹੋਰ ਜਿਹੜੀਆਂ ਬਾਕੀ ਸਬਜ਼ੀਆਂ ਨੇ ਉਹਨਾਂ ਨੂੰ ਲੈ ਕੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਰੇਟ ਜਿਹੜੇ ਨੇ ਉਹ ਘੱਟ ਹੋਣੇ ਚਾਹੀਦੇ, ਉਹਨਾਂ ਦਾ ਬਜਟ ਜਿਹੜਾ ਹੈ ਉਹ ਜ਼ਰੂਰ ਹਿਲਿਆ। ਹੋਰ ਲੋਕਾਂ ਨਾਲ ਗੱਲ ਕਰਦੇ ਹਾਂ। ਮੰਡੀ ਮੈਂ ਸਬਜ਼ੀਆਂ ਸਭ ਦਾ ਰੇਟ ਬਹੁਤ ਜ਼ਿਆਦਾ ਹੈ, ਲੋਕੋ ਕੇ ਲੀਏ ਆਮ ਜਨਤਾ ਕੇ ਲੀਏ ਖਰੀਦਣਾ ਬਹੁਤ ਮੁਸ਼ਕਿਲ ਹੋ ਰਿਹਾ ਹੈ, ਲੋਕ ਕਮ ਜਿੰਨਾ ਵੀ ਕਮ ਹੋ ਸਕੇ ਉਸ ਆਪਣਾ ਕੰਮ ਚਲਾ ਰਹੇ ਹੈ। ਪਹਿਲੇ ਅਗਰ ਜੋ ਚੀਜ਼ ਹਮੇ 10 ਰੁਪਏ ਕੀ ਸਬਜ਼ੀ ਹੋਤੀ ਥੀ ਵੋ 20 ਹੋਈ, 20 ਸੇ ਫਿਰ 30 ਹੋਈ, 30 ਸੇ 40 ਹੋਈ, ਆਜ ਕੇ ਤਾਰੀਖ ਮੇਂ ਕੋਈ ਵੀ ਸਬਜ਼ੀ ਜੋ ਹੈ 30 ਰੁਪਏ ਕਿਲੋ ਕੇ ਨੀਚੇ ਨਹੀਂ ਹੈ, ਸਭ 40 ਰੁਪਏ ਕੇ ਉੱਪਰ ਹੀ ਚੱਲ ਰਹੀ ਹੈ, ਕੋਈ ਵੀ ਸਬਜ਼ੀ ਕਮ ਨਹੀਂ ਹੈ। ਸਵੇਰੇ ਗੌਰਮੈਂਟ ਕੋ ਮੈਂ ਇਹ ਕਹਿਣਾ ਚਾਹੂੰਗਾ ਕਿ ਕੋਸ਼ਿਸ਼ ਕਰਨੀ ਚਾਹੀਏ ਕਿ ਟ੍ਰਾਂਸਪੋਰਟੇਸ਼ਨ ਕਮ ਹੋ, ਸਸਤਾ ਹੋ, ਜਿਸ ਸੇ ਕਿ ਸਬਜ਼ੀਆਂ ਥੋੜ੍ਹੀ ਕਮ ਹੋ ਸਕੇ, ਰੇਟ ਕਮ ਹੋ ਸਕੇ। ਔਰ ਅਬ ਐਸੇ ਜੈਸੇ ਪਿਛਲੇ ਦਿਨੋਂ ਪਿਆਜ਼ ਕਾ ਰੇਟ ਬਹੁਤ ਬੜ ਗਿਆ ਥਾ, ਆਪ ਲੋਗੋਂ ਕੋ ਕਿਆ ਲਗਤਾ ਹੈ ਇੱਕ ਕੰਜ਼ੂਮਰ ਕੇ ਤੌਰ ਪੇ ਵੀ ਕਿਉਂ ਐਸਾ ਹੋਤਾ ਹੈ? ਯੇ ਸਰਕਾਰ ਕੀ ਪਲਾਨਿੰਗ ਹੋਣੀ ਚਾਹੀਏ ਜਿਸਮੇ ਕਿ ਮਤਲਬ ਉਨਕੋ ਪਤਾ ਹੈ ਕਿ ਕਿਤਨਾ ਪ੍ਰੋਡਕਸ਼ਨ ਦੇਸ਼ ਮੇਂ ਹੋ ਰਿਹਾ ਹੈ ਪਿਆਜ਼ ਕਾ, ਉਸਕੇ ਹਿਸਾਬ ਸੇ ਉਨਕੋ ਪਲਾਨ ਕਰਨਾ ਚਾਹੀਏ ਕਿ ਕਿਤਨਾ ਹਮੇ ਐਕਸਪੋਰਟ ਕਰਨਾ ਹੈ, ਕਿਤਨਾ ਐਕਸਪੋਰਟ ਨਹੀਂ ਕਰਨਾ ਹੈ, ਉਸ ਚੀਜ਼ ਕੇ ਉੱਪਰ ਕੰਟਰੋਲ ਕਰਕੇ ਹੀ ਜੋ ਹੈ ਪਿਆਜ਼ ਕਾ ਕੀਮਤ ਕਮ ਕੀ ਜਾ ਸਕਤੀ ਹੈ, ਔਰ ਥੋੜ੍ਹੀ ਜੋ ਹੋਲਡਿੰਗ ਹੋਤੀ ਹੈ, ਜੋ ਸਟਾਕਿੰਗ ਹੋਤੀ ਹੈ, ਉਸਕੋ ਕਮ ਕੀਆ ਜਾਏ, ਜਾਂ ਕੋਸ਼ਿਸ਼ ਕੀਆ ਜਾਏ ਕਿ ਮਤਲਬ ਜੋ ਬਲੈਕ ਮਾਰਕੀਟਿੰਗ ਜਾਂ ਛੁਪਾਣੇ ਕੀ ਕੋਸ਼ਿਸ਼ ਕਰਤੇ ਹੈ, ਜਿਸਸੇ ਰੇਟ ਬੜੇ, ਉਹ ਉਸਕੇ ਉੱਪਰ ਵੀ ਕੰਟਰੋਲ ਸਰਕਾਰ ਕੋ ਕਰਨਾ ਚਾਹੀਏ। ਅਤੇ ਲੋਕਾਂ ਨਾਲ ਗੱਲ ਕਰੀਏ, ਉਸ ਤੋਂ ਬਾਅਦ ਕੁਝ ਦੁਕਾਨਦਾਰ ਵੀ ਇੱਥੇ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਕਿਉਂਕਿ ਦੁਕਾਨਦਾਰਾਂ ਦਾ ਵੀ ਮੰਨਣਾ ਹੈ ਕਿ ਮਹਿੰਗਾਈ ਹੋਣ ਕਰਕੇ ਉਹਨਾਂ ਦੇ ਵੀ ਕਾਰੋਬਾਰ ਦੇ ਉੱਤੇ ਅਸਰ ਪਿਆ ਹੈ। ਸਰ ਇਹ ਦੱਸੋ ਕਿ ਕਿੰਨਾ ਕੁ ਅਸਰ ਪਿਆ, ਕਿਵੇਂ ਤੁਹਾਡੀ ਸਬਜ਼ੀ ਸੂਜੀ? ਸਰ ਬੜਾ ਜੀ ਆ, 100 ਗਾਹਕ 50 ਗਾਹਕ ਅਤੇ 10 ਗਾਹਕ ਆ ਰਹੇ ਹੈ ਇਸ ਟਾਈਮ, ਇਸ 'ਚ ਮਹਿੰਗਾਈ ਕਰਕੇ ਘਟਾ ਰਹੇ ਗਾਹਕ, ਠੀਕ ਨਹੀਂ? ਮਹਿੰਗਾਈ ਤੋਂ ਕਾਫੀ ਵੱਧ ਗਈ ਵੈਸੇ, ਅਬ ਤੋਂ ਠੀਕ ਹੈ, ਫਿਰ ਵੀ ਸੇਮ ਰੇਟ ਆ ਗਿਆ, ਪਿਆਜ਼ ਦਾ ਵੀ ਰੇਟ ਸਸਤਾ ਆ ਗਿਆ, ਪਹਿਲਾਂ ਤੋਂ 100 ਰੁਪਏ ਕਿਲੋ ਪਿਆਜ਼ ਦਾ, 60-50 ਰੁਪਏ ਕਿਲੋ ਪਿਆਜ਼ ਹੈ, ਠੀਕ ਨਹੀਂ? ਟਮਾਟਰ ਕਾ ਚਲੋ ਠੀਕ ਹੀ ਰੇਟ ਹੈ, 30-30 ਰੁਪਏ ਕਿਲੋ ਟਮਾਟਰ ਹੈ। ਉਹ ਵਜ੍ਹਾ ਪਿੱਛੇ ਤਾਂ ਫਸਲ ਖਰਾਬ ਹੋ ਗਈ ਜੀ, ਬਾਰਿਸ਼ ਪੈਣ ਦੀ ਵਜ੍ਹਾ ਨਾਸਿਕ ਵਾਲੀ ਪਿਆਜ਼ ਆਉਂਦੀ, ਉਹ ਫਸਲ ਖਰਾਬ ਹੋ ਗਈ ਸੀ ਉਸ ਟਾਈਮ, ਇਸ ਕਰਕੇ ਨਹੀਂ ਨਹੀਂ ਸਟੋਕ ਤੋਂ ਨਹੀਂ, ਨਵੇਂ ਪਿਆਜ਼ ਮਹਿੰਗੇ ਰਿਹਾ ਜੀ, 100-120 ਰੁਪਏ ਕਿਲੋ ਨਵਾਂ ਪਿਆਜ਼ ਤਾਂ, ਉਹ ਉਸ 'ਤੇ ਸਟੋਕ ਕਰ ਹੀ ਨਹੀਂ ਸਕਦੇ, ਉਹ ਤਾਂ ਨਵਾਂ ਹੀ ਪਿਆਜ਼ ਤਾਂ, ਫਸਲ ਹੀ ਖਰਾਬ ਹੋ ਗਈ ਅਤੇ ਉਹ ਇਸ ਕਰਕੇ ਮਹਿੰਗੇ ਸੀ। ਕਾਫੀ ਫਰਕ ਪੜ ਗਿਆ ਗਾਹਕ ਤੋਂ, ਕਾਫੀ ਫਰਕ ਹੈ, 100 ਗਾਹਕ ਆਦੇ ਤਾਂ 50 ਗਾਹਕ ਆ ਰਹੇ ਹਾਂ, ਹਾਂਜੀ ਹਾਂਜੀ ਅੱਧੇ ਗਾਹਕ ਹੋ ਗਏ, ਮਹਿੰਗਾਈ ਕਰ ਗਈ ਉਸ ਕਰਕੇ। ਕਾ ਗ੍ਰਾਹਕ ਬਿਲਕੁਲ ਨਹੀਂ ਆ ਰਹੇ, ਕੱਲ ਜੋ 7-8 ਬੋਰੀ ਗਾਜਰ ਵੇਚਦੇ ਥੇ, 2 ਬੋਰੀ ਸਾਰਾ ਦਿਨ ਮੈਂ ਗਾਜਰ ਵੇਚਾ ਹੈ, ਔਰ 100 ਰੁਪਏ ਦਿਹਾੜੀ ਬਣੀ ਹੈ ਮੇਰੀ, ਹਾਂ ਨਹੀਂ 400-500 ਕਮਾ ਲੇਤੇ ਥੇ, ਕੱਲ ਬਿਲਕੁਲ ਕਾਮ ਧਾਮ ਬਣਦਾ ਚੱਲਾ ਹੈ, ਇਹ ਪਤਾ ਨਹੀਂ ਕਿਉਂ ਇਕਦਮ ਮੰਦਾ ਹੀ ਚੱਲਾ, ਹਰ ਇੱਕ ਚੀਜ਼ ਕਾ ਉੱਪਰ ਤੇਜ਼ੀ ਹੈ, ਨੀਚੇ ਮੰਦਾ ਹੈ, 40 ਰੁਪਏ ਕਿਲੋ ਮਟਰ ਹੈ ਉੱਪਰ, 25-30 ਰੁਪਏ ਕਿਲੋ ਗਾਜਰ ਆ ਗਏ ਹੈ, ਆ ਪਰਚੂਨ ਜੋ ਹੈ ਵਿਕ ਨਹੀਂ ਰਿਹਾ ਕੋਈ ਸੌਦਾ, ਹਾਂ ਸਾਰੀ ਸਬਜ਼ੀ ਮਹਿੰਗੀ ਹੈ ਉੱਪਰ, ਔਰ ਨੀਚੇ ਵਿਕਰੀ ਨਹੀਂ ਹੈ, ਹਾਂ ਬਹੁਤ ਜ਼ਿਆਦਾ ਫਰਕ ਹੈਗਾ, ਇੱਕ ਹਫ਼ਤੇ ਪਹਿਲੇ ਬਹੁਤ ਅੱਛੇ ਗ੍ਰਾਹਕ ਚੱਲੇ ਸੀ, ਅਬ ਗ੍ਰਾਹਕ ਬਿਲਕੁਲ ਨਹੀਂ ਹੈ, ਹਾਂ ਅਬ ਕਿਆ ਕੰਟਰੋਲ ਬਤਾਏ, ਅਬ ਕਿਸ ਮਾਲ ਜ਼ਿਆਦਾ ਆਏਗਾ ਤਾਂ ਵੀ ਹੋਗਾ, ਹਾਂਜੀ ਨਾ ਨਾ ਕੁਛ ਨਹੀਂ ਕੰਟਰੋਲ, ਇਹ ਤੋਂ ਉੱਪਰ ਚੱਕਰ ਬਾਊ ਜੀ, ਇਹ ਤੋਂ ਕੁਦਰਤ ਕੀ ਹੈ, ਕੁਦਰਤ ਕਾ ਮਾਰੋ ਮਾਰ ਹੈ, ਹੈ ਪ੍ਰਕਿਰਤ ਕੀ ਮਾਰ ਹੈ, ਫਸਲ ਕਮ ਹੈ, ਜਬ ਜ਼ਿਮੀਦਾਰ ਕੇ ਘਰ ਜ਼ਿਆਦਾ ਫਸਲ ਪੈਦਾ ਹੋਗੀ ਤੋ ਮੰਦਾ ਖਾਨੇ ਕੋ ਮਿਲੇਗਾ, ਅਨਥਾ ਨਹੀਂ ਮਿਲੇਗਾ, ਯਹੀ ਕਾਰਨ ਸੇ ਮਹਿੰਗਾ ਹੈ, ਔਰ ਗ੍ਰਾਹਕ ਕਮ ਉਠਾ ਰਿਹਾ, ਜਿਸ ਕੋ 1 ਕਿਲੋ ਕੀ ਜ਼ਰੂਰਤ ਹੈ ਉਹ ਆਪਣਾ ਆਧਾ ਕਿਲੋ ਲੈ ਕੇ ਗੁਜ਼ਾਰਾ ਕਰ ਲੇਤਾ।
हाँ ये बात हूँ तो ठीक हो रही है थोड़े जा अनियन का प्राइस मैं पता किया 40 रुपीज अफगानिस्तान दे हैं जो वो तो ठीक हो गए हैं कंपेरेटिवली जिते 100 रुपए दे रहे थे असी कभी 80 रुपए 100 रुपए दे रहे थे अब कितना टाइम लगता है इंपोर्ट करने लिए वो तो डिपेंड करता है जो ट्रक्स आते हैं फिर उन्हीं कह रहे हैं कि 7% सब्जियां बहुत महंगी हो रही हैं इस टाइम पर तीन आज की न्यूज़ है कि 3 महीने च सारा सब्जियां का प्राइस डाउन हो जाएंगे 25-30% हाँ ये कुछ सीजनल होगा कि बारिशें ज़्यादा पै गई बरसियाँ सब्जियां ज़्यादा महंगी पै जी हैं ये तो वी हैव टू एक्सैप्ट इट कि बाकी दालों के प्राइस भी बढ़ गए हैं वैसे आज की न्यूज़ के हिसाब नाल 8-10% एंड बाकी कमोडिटी मेरे ख्याल है जो इनकम लेवल है हूँ जब मेरे को मेड काम करती है तीन काम घर काम करती है वह 5-5 हज़ार लेंदी है तो 15 हज़ार रुपया उसका 15 हज़ार रुपया उसका हस्बैंड ले रहा है तो उन्होंने तो लेवल नहीं तो कोई 30,000 रुपीज़ तो वो आम जिन्ना एवरेज इनकम हैगी है उस तो ज़्यादा हैगी उन्होंने जो मेड्स ही है असं कहते हैं कि जिन्ना लेबर क्लास है उन्होंने घर उन्हों की वाइफ भी काम करती हैं उन्होंने बच्चे भी कोई स्कूल नहीं जा रहे मैं तो आई एम वेरी दैट इज पथेटिक कि बच्चे क्यों नहीं स्कूल जा रहे वो उन्होंने काम ला देंगे क्योंकि पैसे मिलते हैं बट इट इज़ नॉट द सिचुएशन कि कंट्री की इंडिविजुअल सिचुएशन लोगों ने अभी क्रिएट करती है कि उस अपने आप ही कहते हैं बच्चों को ला लिया काम तो ला लिया दे वॉन्ट टू अर्न मोर एंड मोर तो दे डोंट माइंड स्पेंडिंग ऑल्सो अगर उन्होंने 5 हज़ार मिल 15 हज़ार रुपये तनखा एक बंदे मिल रही है 15 हज़ार रुपये हस्बैंड मिल रही है तो 10-12 हज़ार रुपये कुड़ी 14-15 साल की कमा के घर के दे दें उन्होंने दे आर सेइंग साडे ते तां इह कंट्री मैं इंडिविजुअल मैं देख रहा अपनी मेट्स नूं देख रहा तो उन्होंने तो कोई देखो जिहड़े गलियां रेहड़ी वाले फिर वो 40 रुपये दे रहे और 50 रुपये मटर दे रहे हैं ये देखो देने का क्या फायदा हो रहा महंगाई कुछ नहीं घटी उही महंगाई वधी हो घटदी नहीं है तुहाडे सामने कल पेपर में आई है किन्नी महंगाई दसी है उन्हें गवर्नमेंट ने अपने मुँह से दस दी भी इन्हें 7 पॉइंट पता नहीं किन्नी पहुँच गई है हाँ जी बहुत ज़्यादा महंगाई हो गई है जी काम धंधा है नहीं अजकल बुरा हाल किया बहुत ज़्यादा बढ़ गई काफ़ी ज़्यादा बढ़ गई जी सरकार थोड़ा बहुत फर्क पे है पर 10 साल जी 100 करके असं 50 कर दी वह कोई फर्क नहीं होंगे वो तो आम नागरिक लुटे ही जा रहे हैं हाँ हूँ सोचना पैंता हूँ हर चीज़ सोचनी पैंती है वो तो खरीद से भी फर्क पे है बिजनेस से भी फर्क पे हर चीज़ से फर्क पे जी बहुत महंगाई है जी एक्सपेंसिस बहुत बढ़ चुके हैं इट्स आउट ऑफ कंट्रोल नाउ कुछ नहीं घटे जी हाँ सब वधे वधे जी हूँ तो है सर 15-20% इन्फ्लेशन रेट है बहुत ज़्यादा है जी हाँ 10-15% ग्रोसरी बढ़ चुकी है जो असं बिजनेसमैन है जी इस देख रहे वध ही रहे जी कम हाँ एक्सपेंसिव वध ही रहे हैं सारे तो कमाई वध नहीं रही काफ़ी इफेक्ट पे जी काफ़ी इफेक्ट है कस्टमर तो रुक गया जी क्योंकि चीज़ एक्सपेंसिव महंगी होती जा रही हर चीज़ कॉस्टिंग बढ़ जा रही है जी तो और इनकम घट होती जा रही है जी साड़ी भी घट हो रही है अगे मेरे ख्याल सारे सबनों लॉस तो सहन करना पै रहा सारे तो चंडीगढ़ सिटी ब्यूटीफुल के नाँ पर जाने जाता है तो इस वेले असी सैक्टर 26 की सब्जी मंडी के पहुँचे हुए हैं तो हालात तुहानू असी इत्थे विखाउणा चाहुंदे हां कि किस तरीके की हालत इत्थे बनी हुई है हर पासे गारा गारा है मीह की वजह करके जी इस तरीके पूरी तरह के नाल जिहड़ा तुसीं वेख सकदे हो कि चारे पासे गंदगी जिहड़ी है वह नज़र आ रही है तो इसे दे विच जिहड़े दुकानदार ने वह बह के अपनी दुकाना इत्थे उन्होंने लाइया हुई ने गाहक पहुँच रहे हैं तो किन्ना हालातों के गाहक लंघ रहे हैं ये तस्वीरां तुसीं देख सकते हो कि किस तरीके हर पासे गारा ही गारा जिहड़ा है भरिया होया है इस गंदगी दे विच लोग जिहड़े ने वह सब्जियां खरीद के लिजाण लई मजबूर ने प्रबंधां नूं लैके कई तरह के सवाल इत्थे खड़े हो रहे हैं कई दुकानदारां नाल भी गल करन दी कोशिश करांगे कि किस तरीके इन्हां माड़े प्रबंधां दी वजह करके सीधे तौर के उत्ते उन्हां दे कारोबार के उत्ते भी असर पैंदा है तो गाहक जिहड़े ने इस दी वजह करके परेशान हुंदे ने घट गाहक इन्हां कोल पहुँचदे ने तो तस्वीरां बहुत ही ਪੈੜੀ ਸਮੈਲ ਜਿਹੜੀ ਇੱਥੋਂ ਆ ਰਹੀ ਹੈ ਭਾਅ ਜੀ ਦੱਸੋ ਕਿੰਨੀ ਕੁ ਮੁਸ਼ਕਲ ਆਉਂਦੀ ਹੈ ਦੇਖੋ ਹਾਲਾਤ ਇੱਥੇ ਕਿਸ ਤਰੀਕੇ ਦੇ ਨੇ ਬਹੁਤ ਆਉਂਦੇ ਵੀਰੇ ਗ੍ਰਾਹਕ ਨੇ ਆਪਾਂ ਤੁਸੀਂ ਦੱਸੋ ਆਂਟੀ ਜੀ ਮਾੜਾ ਦੱਸਿਓ
बहुत बुरा हाल है जी, बस क्या बताएं बस। हाँ। बाकी शहर सोना है, मंडियां माड़ियां हैं। मंडी में बहुत गंदा है बस, और सब ठीक है। ठीक है, तुझे दसो भाई किन्ना का तोड़े कारोबार ते किन्ना का असर पैंदा है चीज़ का? बहुत फर्क पैंदा वीरे, ग्राहक नहीं आ पांदे। हाँ। किचड़ करके ना घर ते निकलते ही नहीं। ते फिर ये प्रबंध क्यों नहीं हो रहे ठीक, थोड़ी लगा कोई आवाज नहीं उठाता। हाँ। कहते नहीं, कोई सफाई करके चले जाते माड़ा मोटे, ऊपर ऊपर ढंग से नहीं करते जी। ਭਾਈ ਤੁਸੀਂ ਦੱਸੋ ਕਿ ਇੰਨੀ ਮਾੜੀ ਹਾਲਤ ਹੈ, ਕਿੰਨਾ ਕੁ ਅਸਰ ਪੈਂਦਾ, ਕੰਮ ਦੇ ਅਸਰ ਪੈਂਦਾ? ਕੰਮ ਹੈ ਭਈਆ, ਕਮ ਹੀ ਹੈ, ਗਾਹ ਕੱਟਦੇ ਹੈ ਭਈਆ। ਬੜੀ ਹੋਣੀ ਚਾਹੀਏ, ਸਫਾਈ ਹੋਣੀ ਚਾਹੀਏ। ਤੋ ਸਵੱਛ ਭਾਰਤ ਦੇ ਵਿਚਾਲੇ ਤਸਵੀਰ ਤੁਹਾਡੇ ਸਾਹਮਣੇ ਆਈ ਜੀ ਕਿ ਲੋਕਾਂ ਨੇ ਇੱਥੋਂ ਹਰੀ ਸਬਜ਼ੀ ਲੈ ਕੇ ਜਾਣੀ ਹੈ, ਫਰੂਟ ਲੈ ਕੇ ਜਾਣੇ ਨੇ, ਪਰ ਕਿਹਨਾਂ ਹਾਲਾਤਾਂ ਦੇ ਵਿੱਚੋਂ ਲੋਕ ਲੈ ਕੇ ਜਾ ਰਹੇ ਨੇ, ਉਹ ਸਫਾਈ ਕਿੰਨੀ ਕੁ ਇੱਥੇ ਰੱਖੀ ਹੋਈ ਆ ਉਹ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਥੋੜ੍ਹਾ ਬਹੁਤ ਫਰਕ ਸਮਝਿਆ ਜਾ ਸਕਦਾ ਹੈ ਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਮੁਸ਼ਕਲ ਪੈਦਾ ਹੁੰਦੀ ਹੈ, ਪਾਣੀ ਕਈ ਥਾਵਾਂ 'ਤੇ ਖੜ੍ਹਾ ਹੋ ਜਾਂਦਾ ਹੈ, ਪਰ ਜਿਸ ਤਰੀਕੇ ਦੀ ਇੱਥੇ ਸਥਿਤੀ ਹੈ, ਇਸ ਸਥਿਤੀ ਦੇ ਵਿੱਚੋਂ ਸਬਜ਼ੀ ਖਰੀਦਣਾ ਇੱਥੋਂ ਲੈ ਕੇ ਜਾਣਾ ਇੱਕ ਬਹੁਤ ਹੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ ਕਿ ਇਹ ਚੀਜ਼ਾਂ ਤੁਸੀਂ ਘਰ ਦੇ ਵਿੱਚ ਲਿਜਾ ਕੇ ਵਰਤਣੀਆਂ ਨੇ ਅਤੇ ਜਦੋਂ ਇਹ ਸਾਫ਼ ਥਾਂ ਦੇ ਉੱਤੇ ਨਹੀਂ ਵੇਚੀਆਂ ਜਾ ਰਹੀਆਂ, ਗਾਹਕ ਇਹਨੂੰ ਸਹੀ ਸਾਫ਼ ਥਾਂ 'ਤੇ ਨਹੀਂ ਖਰੀਦ ਪਾ ਰਿਹਾ, ਦੁਕਾਨਦਾਰ ਵੇਚ ਨਹੀਂ ਪਾ ਰਿਹਾ, ਤਾਂ ਜਿਹੜੇ ਇੱਥੋਂ ਦਾ ਪ੍ਰਸ਼ਾਸਨ ਹੈ ਉਹ ਤੁਸੀਂ ਦੇ ਤੌਰ 'ਤੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਸ ਪਾਸੇ ਇਸ ਜ਼ਰੂਰੀ ਥਾਂ ਦੀ ਸਫਾਈ ਨੂੰ ਲੈ ਕੇ ਉਹਨਾਂ ਦਾ ਕਿੰਨਾ ਕੁ ਧਿਆਨ ਹੈ। ਬਰਸਾਤ ਕੀ ਵਜ੍ਹਾ ਸੇ ਕਿੱਚੜ ਹੈ, ਮੁਸ਼ਕਿਲ ਹੈ, ਇਸ ਲਈ ਕੰਮ ਮੰਦਾ ਹੀ ਹੈ। ਹਾਂ, ਗੰਦਗੀ ਤਾਂ ਨਹੀਂ ਹੋਣੀ ਚਾਹੀਦੀ, ਪਰ ਜ਼ਿਆਦਾ ਕਰਕੇ ਸਫਾਈ ਕੰਮ ਕਰ ਰਿਹਾ, ਇਸ ਕਰਕੇ ਕਿੱਚੜ ਜੀ ਬਣ ਰਹੀ। ਹਾਂ, ਕਿੱਚੜ ਕਰਕੇ ਗਾਹਕ ਕੰਮ ਆਤਾ। ਹਾਂ, ਇਹ ਗੰਦਗੀ ਤਾਂ ਹੈ, ਬਰਸਾਤ ਕੀ ਕਰਕੇ ਹੀ ਹੋਤਾ ਹੈ ਕਿੱਚੜ। ਹਾਂ, ਬਾਕੀ ਤਾਂ ਸਫਾਈ ਤਾਂ ਕਰਤੇ ਹੈ ਫਿਲਹਾਲ, ਪਰ ਥੋੜ੍ਹਾ ਐਸੇ ਸਫਾਈ ਠੀਕ ਹੋਤੀ ਹੈ, ਬਰਸਾਤ ਕੀ ਵਜ੍ਹਾ ਸੇ ਵੀ ਨਹੀਂ ਕਰ ਪਾਤੇ, ਸਫਾਈ ਠੀਕ ਹੋਤੀ ਹੈ। ਅਤੇ ਲੋਕਾਂ ਨਾਲ ਗੱਲਬਾਤ ਅਸੀਂ ਕੀਤੀ ਹੈ ਜੀ ਪੰਜਾਬ ਬੋਲਦਾ ਦੇ ਵਿੱਚ, ਲੋਕਾਂ ਦੀ ਕੁੱਲ ਮਿਲਾ ਕੇ ਪ੍ਰਤੀਕਿਰਿਆ ਇਹੀ ਜੋ ਜ਼ਿਆਦਾਤਰ ਸਾਹਮਣੇ ਆਈ ਹੈ, ਲੋਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਜਿਹੜੀ ਹੈ ਉਹ ਵੱਧ ਰਹੀ ਹੈ, ਆਉਂਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਕੋਈ ਆਸਾਰ ਨਜ਼ਰ ਨਹੀਂ ਆਉਂਦੇ ਕਿ ਮਹਿੰਗਾਈ ਘਟੇਗੀ, ਪਰ ਇਸ ਨੂੰ ਲੈ ਕੇ ਉਹ ਲਗਾਤਾਰ ਲੋਕ ਅਪੀਲ ਇਹੀ ਕਰ ਰਹੇ ਨੇ ਕਿ ਇਸ ਪਾਸੇ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਵਾਰ ਵਾਰ ਪਿਆਜ਼ ਦੀਆਂ ਕੀਮਤਾਂ ਜਿਹੜੀਆਂ ਨੇ ਵੱਧ ਜਾਂਦੀਆਂ ਨੇ, ਉਸ ਨੂੰ ਕੰਟਰੋਲ ਕਰਨ ਦੇ ਲਈ ਇੱਕ ਪ੍ਰੋਪਰ ਨੀਤੀ ਜਿਹੜੀ ਹੈ ਸਰਕਾਰ ਨੂੰ ਤਿਆਰ ਕਰਨੀ ਚਾਹੀਦੀ ਹੈ, ਅਤੇ ਇਸ ਤੋਂ ਇਲਾਵਾ ਲੋਕਾਂ ਦੀ ਜੇਬ ਦੇ ਉੱਤੇ ਹੋਰ ਬੋਝ ਨਾ ਪਵੇ, ਇਸ ਨੂੰ ਲੈ ਕੇ ਵੀ ਸਰਕਾਰ ਨੂੰ ਕਈ ਕਦਮ ਚੁੱਕਣੇ ਚਾਹੀਦੇ ਨੇ। ਅਤੇ ਫਿਲਹਾਲ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਇੰਨਾ ਹੀ, ਧੰਨਵਾਦ।